ਅਸਲ ਵਿੱਚ 1999 'ਚ ਮੇਰੇ ਪਿਤਾ ਜੀ ਜਥੇਦਾਰ ਜਗਦੇਵ ਸਿੰਘ ਹੁੰਡੀਆਂ ਵੱਡੀ ਉਮਰ ਦੇ ਸਾਰੇ ਸਤਿਕਾਰਯੋਗ ਭਰਾ ਅਤੇ ਬਜ਼ੁਰਗ ਜਾਣਦੇ ਹੈ, ਨਵੇਂ ਨੌਜਵਾਨ ਮੁੰਡਿਆਂ ਨੂੰ ਹੋ ਸਕਦਾ ਬਹੁਤਾ ਅੱਜ ਕੱਲ੍ਹ ਹਿਸਟਰੀ ਨੂੰ ਘੱਟ ਵਾਚਦੇ ਹੈ। ਉਹ ਮੰਡੀ ਬੋਰਡ ਦੇ ਚੇਅਰਮੈਨ ਵੀ ਰਹੇ 3 ਸਾਲ। ਸਾਡਾ ਸਧਾਰਨ ਜਿਹਾ ਘਰ ਹੈ, ਜ਼ਿਮੀਦਾਰਾਂ ਸਧਾਰਨ ਹੈ, ਕੋਈ ਬਹੁਤੇ ਵੱਡੇ ਬੰਦੇ ਨਹੀਂ। ਥੋੜ੍ਹੇ ਸਾਧਕ ਦੇ ਹੋਣ ਦੇ ਬਾਵਜੂਦ ਵੀ ਬਹੁਤ ਵਾਹਿਗੁਰੂ ਦੀ ਕਿਰਪਾ ਰਹੀ ਕਿ ਉਹਨਾਂ ਨੇ ਪੂਰੀ ਇਮਾਨਦਾਰੀ ਨਾਲ ਜਦੋਂ ਚੇਅਰਮੈਨ ਇਹ ਛੱਡ ਕੇ ਆਏ, ਇੱਕ ਵੀ ਪੈਸੇ ਦਾ ਇਲਜ਼ਾਮ ਉਹਨਾਂ 'ਤੇ ਲੱਗ ਨਹੀਂ ਸਕਿਆ ਅਤੇ ਵਜ਼ੀਰਾਂ 'ਤੇ ਚੇਅਰਮੈਨਾਂ 'ਤੇ ਬਹੁਤ ਖੁਸ਼ ਹੋ ਜਾਂਦੇ। ਪਰ ਉਸ ਜ਼ਮਾਨੇ 'ਚ, ਉਸ ਤੋਂ ਬਾਅਦ 1999 ਦੀ ਲੋਕ ਸਭਾ ਦੀ ਚੋਣ, ਔਰ ਚੋਣ ਬਹੁਤ ਵੱਡੇ ਬੰਦਿਆਂ ਨਾਲ ਸੀ। ਸਰਦਾਰ ਹਰਚਰਨ ਸਿੰਘ ਬਰਾੜ ਜਿਹੜੇ ਮੁੱਖ ਮੰਤਰੀ ਵੀ ਬਣੇ, ਗਵਰਨਰ ਰਹੇ ਹੈ ਹਰਿਆਣੇ ਦੇ, ਕਈ ਵਾਰ ਉਹ ਪੰਜਾਬ ਦੇ ਮੰਤਰੀ ਬਣੇ, ਕੈਰੋ ਸਾਹਿਬ ਦੇ ਜਵਾਈ ਸੀ, ਤਕੜਾ ਘਰਾਣਾ ਸੀ, ਅਤੇ ਨਾਲ ਹੀ ਅਕਾਲੀ ਦਲ ਵੱਲੋਂ ਭਾਈ ਸੁਖਵਿੰਦਰ ਸਿੰਘ ਜਿਹੜੇ ਉੱਥੋਂ ਦੇ ਮੈਂਬਰ ਪਾਰਲੀਮੈਂਟ ਸਨ, ਬਾਦਲ ਸਾਹਿਬ ਦੀ ਸੱਜੀ ਬਾਂਹ ਗਿਣਿਆ ਜਾਂਦਾ ਸੀ। ਜਦੋਂ ਚੋਣ ਲੜਦੇ ਸੀ ਤੇ ਇਹ ਵਿਰੋਧੀ ਕਹਿੰਦੇ ਸੀ ਵੀ ਸਾਡੇ ਮੁਕਾਬਲੇ 'ਚ ਤਾਂ ਹੈ ਨਹੀਂ, ਉਹ ਤੁਰਿਆ ਫਿਰਦਾ। ਪਰ ਸਤਿਕਾਰਯੋਗ ਭਰਾਵੋ, ਜਨਤਾ ਰੱਬ ਹੈ, ਜਨਤਾ ਜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਦੇ ਆਸ਼ੀਰਵਾਦ ਦੇ ਦਿਓ ਤਰ ਜਨਤਾ, ਤੇ ਜਨਤਾ ਬਹੁਤ ਵੱਡਾ ਜੱਜ ਹੈ। ਜੱਜ ਕਈ ਵਾਰੀ ਦਬਾਅ ਮੰਨ ਜਾਂਦੇ ਆ ਕੋਈ ਨਾ ਕੋਈ, ਜਾਂ ਅੱਜ ਕੱਲ੍ਹ ਪੈਸੇ ਧੇਰੇਦਾਰ ਮਾਜ ਆ, ਉੱਥੇ ਵੀ ਗੱਲ ਚੱਲ ਜਾਂਦੀ ਹੈ। ਪਰ ਜਨਤਾ ਉਹ ਜੱਜ ਹੈ ਜਿਹੜਾ ਫੈਸਲਾ ਕਰਦੇ, ਉਹ ਫੈਸਲਾ ਕਿਸੇ ਤੋਂ ਬਦਲਿਆ ਨਹੀਂ ਜਾਂਦਾ। ਜਨਤਾ ਨੇ ਮੇਰੇ ਪਿਤਾ ਜੀ ਨੂੰ 6 ਲੱਖ ਵੋਟਾਂ ਪਈਆਂ ਉਦੋਂ ਸਾਰੇ, ਕਿਉਂਕਿ 35 ਸਾਲ ਪੁਰਾਣੀ ਗੱਲ ਹੈ, ਹੁਣ ਜੇ 12-13 ਲੱਖ ਪੈਂਦੀਆਂ ਉਦੋਂ ਅੱਧੀਆਂ ਕਿ ਪੈਂਦੀਆਂ ਸੀ, 3,07,000 ਉਹਨਾਂ ਨੂੰ ਪਈਆਂ, ਅਤੇ 3 ਲੱਖ ਵੋਟਾਂ ਜਿਹੜੀਆਂ ਉਹ ਸਾਰੇ ਕੈਂਡੀਡੇਟ ਜੀ ਵਿੱਚ ਹਰਚਰਨ ਸਿੰਘ ਬਰਾੜ ਨੂੰ 2.5 ਲੱਖ ਅਤੇ ਦੂਸਰਿਆਂ ਨੂੰ 50-50, 40-40, 20-20 ਹਜ਼ਾਰ ਪਈਆਂ। ਬਹੁਤ ਸ਼ਾਨ ਨਾਲ ਇੱਕ ਸਧਾਰਨ ਦੇ ਪਰਿਵਾਰ 'ਚੋਂ ਉੱਠੇ ਇੱਕ ਵਿਅਕਤੀ ਨੂੰ ਉੱਥੋਂ ਦੇ ਲੋਕਾਂ ਨੇ ਮੈਂਬਰ ਪਾਰਲੀਮੈਂਟ ਬਣਾ ਲਿਆ। ਅੱਜ ਦੀ ਗੱਲ ਤਾਂ ਕੁਛ ਹੋਰ ਆ, ਉਸ ਵੇਲੇ ਬੜੇ ਅਚੰਭੇ ਦੀ ਗੱਲ ਸੀ ਵੀ ਗਰੀਬ ਬੜਾ ਬੰਦਾ ਇੰਨੀ ਕਿਵੇਂ ਬਣ ਗਿਆ। ਵੱਡੀਆਂ ਪਾਵਰਾਂ ਨੂੰ, ਉਹਨਾਂ ਸ਼ਕਤੀਆਂ ਨੂੰ ਚੁਭਦਾ ਵੀ ਹੈ। ਉਹਨਾਂ ਦੀ ਦੁਖਦਾਈ ਮੌਤ ਸਾਡੇ ਪਰਿਵਾਰ ਲਈ ਵੀ, ਔਰ ਉਹਨਾਂ ਨੂੰ ਚਾਹੁਣ ਵਾਲਿਆਂ ਲਈ, ਪੰਜਾਬ ਵਾਲਿਆਂ ਲਈ ਵੀ ਬਹੁਤ ਸੀ। ਜਦੋਂ ਭੋਗ ਪਿਆ, ਅੱਜ ਤੱਕ ਕਿਸੇ ਸੰਤ ਮਹਾਤਮਾ ਦੇ ਤਾਂ ਮੈਂ ਕਹਿ ਨਹੀਂ ਸਕਦਾ, ਪਰ ਕੋਈ ਸਿਆਸੀ ਲੀਡਰ ਦੇ ਇੰਨਾ ਘੱਟ, ਲੱਖਾਂ 'ਚ ਲੋਕ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ, ਔਰ ਬਾਅਦ ਵਿੱਚ ਮੈਂ ਉਹਨਾਂ ਤੋਂ ਸਿਆਸਤ ਵਿੱਚ ਆਇਆ। 32 ਵਰੇ ਸੰਘਰਸ਼ ਕੀਤਾ, ਬਾਦਲ ਵਾਲਿਆਂ ਨਾਲ ਖੇਡਦਾ ਰਿਹਾ, ਸਰਕਾਰਯੋਗ ਭਰਾਓ। ਮੈਨੂੰ ਕੇਜਰੀਵਾਲ ਜੀ ਹੋਰਾਂ ਨੇ ਉੱਥੋਂ ਦੀ ਟਿਕਟ ਦੇ ਦਿੱਤੀ, ਔਰ ਜਿਵੇਂ
ਵੱਡੇ ਖੁੰਡੀਆਂ ਸਾਹਿਬ ਦੀ ਲੋਕਾਂ ਨੇ ਮਦਦ ਕੀਤੀ ਸੀ। ਮੈਨੂੰ ਇਹ ਨਹੀਂ ਪਤਾ ਸੀ ਵੀ, ਕਿਉਂਕਿ ਬਾਦਲ ਸਾਹਿਬ ਵੀ ਆਪਣੇ ਆਪ 'ਚ ਵੱਡੀ ਸ਼ਕਤੀ ਸਨ, ਇਹਨਾਂ ਨਾਲ ਲੜਾਈ ਹੈ ਵੀ ਲੋਕ ਕੀ ਫੈਸਲਾ ਲੈਣਗੇ। ਲੋਕਾਂ ਨੇ ਜਿਹੜਾ ਫੈਸਲਾ ਲਿਆ ਉਹ ਤੁਹਾਡੇ ਸਾਹਮਣੇ ਆ। ਮੈਂ ਗਰੀਬੜਾ ਬੰਦਾ ਨਿਮਾਣਾ ਜਾਓ, ਜਵਾਨਾਂ ਨਾਲ ਲੜ ਕੇ ਤੁਹਾਡੀ ਸੇਵਾ ਵਿੱਚ MLA ਦੇ ਰੂਪ 'ਚ, ਬਾਅਦ ਵਿੱਚ ਮੈਨੂੰ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਆਪਣੇ ਮੰਤਰੀ ਮੰਡਲ 'ਚ ਲੈ ਲਿਆ, ਮੈਨੂੰ ਖੇਤੀਬਾੜੀ ਦਾ ਮਹਿਕਮਾ ਦੇ ਦਿੱਤਾ। ਮੈਂ 9-10 ਮਹੀਨੇ ਪੂਰਾ ਸਰਗਰਮ ਹੋ ਕੇ ਬਾਜ਼ਾਰ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਹੈ। ਹੁਣ ਮੈਨੂੰ ਲੋਕ ਸਭਾ ਲਈ ਜਿੱਥੇ 1 ਸਾਲ ਹੋ ਜਿਹੜੇ ਜਿੱਥੇ ਆਪਣੀਆਂ ਵੋਟਾਂ ਪੈਣੀਆਂ, ਜਿਹੜੇ 1 ਜੂਨ ਨੂੰ ਮੈਂ ਆਪਣਾ ਚਾਰਜ ਸੰਭਾਲਿਆ ਸੀ, 1 ਜੂਨ ਨੂੰ ਤੁਸੀਂ ਵੋਟਾਂ ਪਾਉਣੀਆਂ। ਮੈਨੂੰ ਪਾਰਟੀ ਵੱਲੋਂ ਹੁਕਮ ਹੋਇਆ ਕਿ ਉਸੇ ਧਨਾੜ ਪਰਿਵਾਰ ਨਾਲ ਦੁਬਾਰੇ ਹੈ ਅਤੇ ਮੰਤਰੀ ਜੀ ਤੁਸੀਂ ਚੋਣ ਲੜਨੀ ਹੈ। ਮੈਂ ਕਿਹਾ ਜਿਵੇਂ ਤੁਹਾਡਾ ਹੁਕਮ ਹੈ, ਮੈਂ ਉਹਨਾਂ ਦਾ ਹੁਕਮ ਮੰਨਦਾ ਹੋਇਆ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਇਆ। ਸਤਿਕਾਰਯੋਗ ਭਰਾਓ, ਬਜ਼ੁਰਗੋ, 16,38,000 ਵੋਟਰ, ਉਹਦੇ ਲੋਕਾਂ ਕੋਲ ਹੱਥ ਵੀ ਨਹੀਂ ਖੜਾ ਕਰਿਆ ਜਾ ਸਕਦਾ, ਫਤਿਹ ਨਹੀਂ ਸਾਂਝੀ ਹੋ ਸਕਦੀ, ਮਿਲਿਆ ਨਹੀਂ ਜਾ ਸਕਦਾ। ਉਹਦੇ ਲਈ ਤੁਸੀਂ ਸਾਰੇ ਜ਼ੋਰ ਮਾਰ ਕੇ ਘਰ ਘਰ ਜਾ ਕੇ ਮਹੱਲੇ ਮਹੱਲੇ ਵਿੱਚ ਜਾ ਕੇ ਸੁਨੇਹਾ ਲਾ ਕੇ, ਅੱਜ ਲੋੜ ਹੈ ਲੋਕ ਸਭਾ ਵਿੱਚ ਤਾਨਾਸ਼ਾਹੀ ਨੂੰ ਤੋੜਨ ਦੀ। ਕਦੇ ਇੰਦਰਾ ਗਾਂਧੀ ਇਸ ਤਰ੍ਹਾਂ ਕਰਦੀ ਹੁੰਦੀ ਸੀ, ਜਿਵੇਂ ਨਰਿੰਦਰ ਮੋਦੀ ਕਰਦਾ, ਉਹਨੇ ਸਾਰੇ ਐਮਰਜੈਂਸੀ ਲਾ ਕੇ ਲੀਡਰ ਫੜ ਲਏ ਸੀ, ਚਾਹੇ ਅਕਾਲੀ ਦਲ ਦੇ ਸੀ, ਚਾਹੇ ਜਨਸੰਘ ਦੇ ਸੀ, ਸਮਾਜਵਾਦੀ ਪਾਰਟੀ ਦੇ ਸੀ, ਲੈ ਕੇ ਜੈਪ੍ਰਕਾਸ਼ ਨਾਰਾਇਣ ਤੋਂ ਸਾਰੇ, ਚਾਹੇ ਮੁਲਾਇਮ ਸਿੰਘ ਸੀ, ਲਾਲੂ ਯਾਦਵ ਸੀ, ਜਾਰਜ ਫਰਨਾਂਡੇਸ ਸੀ, ਅਡਵਾਨੀ ਸੀ, ਅਟਲ ਬਿਹਾਰੀ ਵਾਜਪਾਈ ਸੀ, ਔਰ ਜਿਹੜੇ ਪੰਜਾਬ ਦੇ ਲੀਡਰ ਬਾਦਲ ਤੋਂ ਲੈ ਕੇ ਟੌੜਾ, ਤਲਵੰਡੀ, ਤੁੜ ਸਾਹਿਬ, ਜਿਹੜੇ ਵੀ 1.5 ਸਾਲ ਲਈ ਸਾਰੇ ਲੋਕ 19 ਮਹੀਨਿਆਂ ਲਈ ਅੰਦਰ ਤਾੜਦੇ ਸੀ, ਉਹ ਸਮਝਦੀ ਸੀ ਕਿ ਮੈਂ ਇਕੱਲੀ ਹੋਵਾਂ, ਹੋਰ ਨਾ ਸਾਹਮਣੇ ਹੋਵੇ, ਮੇਰੀ ਵਿਰੋਧਤਾ ਨਾ ਕਰੇ। ਭੁਲੇਖੇ ਸੀ ਵੀ ਮੈਂ ਦੁਬਾਰੇ ਫਿਰ ਸਰਕਾਰ ਬਣਾ ਲਊਂਗੀ। ਇਲੈਕਸ਼ਨ ਦਾ ਐਲਾਨ ਹੋਇਆ, ਚੋਣ ਕਮਿਸ਼ਨ ਨੇ ਐਲਾਨ ਕੀਤਾ ਤੇ ਬੰਦੇ ਛੱਡਣੇ ਪਏ, ਬੰਦੇ ਬਾਹਰ ਆ ਗਏ, ਇਲੈਕਸ਼ਨ ਹੋਈ। ਮੋਦੀ ਜਿਵੇਂ ਸਮਝੀ ਤਾਂ ਪੂਰੀ ਤਰ੍ਹਾਂ ਇੰਦਰਾ ਗਾਂਧੀ ਹਾਰ ਗਈ ਸੀ। ਮੋਦੀ ਵੀ ਹੁਣ ਉਸੇ ਤਰ੍ਹਾਂ ਕਰਨਾ ਚਾਹੁੰਦਾ ਹੈ, ਮੇਰੇ ਸਾਹਮਣੇ ਨਾ ਕੋਈ ਹੋਵੇ, ਮੇਰੀ ਕੋਈ ਵਿਰੋਧਤਾ ਨਾ ਕਰ ਸਕੇ, ਮੇਰੇ ਬਰਾਬਰ ਨਾ ਕੋਈ ਹੋ ਸਕੇ, ਜਿਵੇਂ ਕੇਜਰੀਵਾਲ ਜੀ ਉਹਨਾਂ ਨੂੰ, ਸਾਥੀਆਂ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ। ਭੁਲੇਖਾ ਸੀ ਵੀ ਗ੍ਰਿਫਤਾਰ ਕਰ ਲਾਂਗੇ, ਲੋਕ ਚੁੱਪ ਕਰ ਜਾਣਗੇ, ਸਗੋਂ ਰੋਸ ਜਾਗ ਪਿਆ। ਦਿੱਲੀ 'ਚ ਸਾਰੀਆਂ ਪਾਰਟੀਆਂ ਰੈਲੀ ਵਿੱਚ ਇਕੱਠ ਵਿਖਾਇਆ, ਉਹਨਾਂ ਦੀ ਸ਼ਮੂਲੀਅਤ ਹੋਈ ਅਤੇ ਅੱਜ ਉਹ ਮੋਦੀ ਦੀ ਹਾਲਾਤ ਨੇ ਉਹ ਦਿਨੋ ਦਿਨ ਸਾਨੂੰ ਤੁਹਾਡੇ ਸਾਹਮਣੇ ਆਉਣ ਲੱਗੇ। ਜਿਹੜਾ 400 ਦੀਆਂ ਗੱਲਾਂ ਕਰਦਾ ਸੀ, ਮੈਨੂੰ ਲੱਗਦਾ ਹੁਣ 400 ਸੀਟ ਗਵਾ ਲਊਗਾ। ਤਾਨਾਸ਼ਾਹ ਹੋਣ ਦੇ ਨਾਤੇ
ਭਾਰਤ ਦੇ ਲੋਕਾਂ ਨੇ ਆਜ਼ਾਦੀ ਬਹੁਤ ਦੁੱਖ ਤਕਲੀਫਾਂ ਝੱਲ ਕੇ ਸਾਡੇ ਵਡੇਰਿਆਂ ਨੇ ਨੌਜਵਾਨੀ ਦੇ ਵਿੱਚ 17 ਸਾਲਾਂ ਦਾ 18 ਸਾਲਾਂ ਦਾ ਕਰਤਾਰ ਸਿੰਘ ਸਰਾਭਾ ਫਾਂਸੀ ਤੇ ਚੜ੍ਹ ਜਾਣਾ, 23 ਸਾਲਾਂ ਦਾ ਭਗਤ ਸਿੰਘ ਤੇ ਉਹਦੇ ਸਾਥੀ ਬਾਈ 23 ਸਾਲਾਂ ਦੇ, ਜੇ ਅੱਜ ਤੁਸੀਂ ਇਕੱਠੇ ਹੋਏ ਇਹੋ ਜਿਹਾ ਅੰਗਰੇਜ਼ ਦੇ ਰਾਜ, ਅਸੀਂ ਇਕੱਠੇ ਹੋ ਕੇ ਕੋਈ ਜਲਸਾ ਨਹੀਂ ਕਰ ਸਕਦੇ ਸਾਂ ਜੀ, ਕਰਨ ਲੱਗੇ ਸੀ ਜਲਿਆਂ ਵਾਲੇ ਬਾਗ ਦੇ, ਤੁਸੀਂ ਆਪ ਜਾਣਦੇ ਹੋ ਕਿਵੇਂ ਗੋਲੀਆਂ ਨਾਲ ਲੋਕ ਭੁੱਲ ਦਿੱਤੇ ਸੀ, ਉਹਦਾ ਬਦਲਾ ਊਧਮ ਸਿੰਘ ਵਰਗੇ ਸ਼ਹੀਦ ਨੇ ਲੈ ਕੇ ਦਿੱਤਾ। ਬਹੁਤ ਹਜ਼ਾਰਾਂ ਲੋਕਾਂ ਨੇ ਕੈਦਾਂ ਕੱਟੀਆਂ, ਜਾਇਦਾਦਾਂ ਗਵਾਲੀਆਂ, ਘਰ ਗਵਾਲੇ, ਦੇਸ਼ ਨਿਕਾਲੇ ਹੋ ਗਏ, ਕਾਲੇ ਪਾਣੀ ਜਾਣਾ ਪਿਆ ਤਾਂ ਜੋ ਜਾ ਕੇ ਸਾਨੂੰ ਵੋਟ ਦਾ ਅਧਿਕਾਰ ਮਿਲਿਆ। ਤੇ ਇਹ ਵੋਟ ਦੇ ਅਧਿਕਾਰ ਨੂੰ ਮੋਦੀ ਰੋਲਣਾ ਚਾਹੁੰਦਾ, ਜੇ ਸਾਡੇ ਵੱਡ ਵਡੇਰੇ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਆਜ਼ਾਦੀ ਲੈ ਸਕਦੇ ਤੇ ਅਸੀਂ ਤਾਂ ਇੱਕ ਵੋਟ ਦੇ ਨਾਲ ਤਖ਼ਤ ਹਿਲਾ ਦੇਣੇ ਹੁੰਦੇ ਆ। ਵੋਟ ਵਿੱਚ ਬੜੀ ਵੱਡੀ ਸ਼ਕਤੀ ਹੈ, ਜਿਹੜੀ ਅੰਬੇਦਕਰ ਜੀ ਹੋਰਾਂ ਨੇ, ਚਾਹੇ ਕੋਈ ਬਹੁਤ ਗਰੀਬ ਬੰਦਾ ਹੈ, ਚਾਹੇ ਕੋਈ ਵੱਡਾ ਮਹਿਲਾ ਵਾਲਾ ਹੈ, ਵੱਡਾ ਅਫਸਰ ਹੈ, ਛੋਟਾ ਮੁਲਾਜ਼ਮ ਹੈ, 18 ਸਾਲ ਤੋਂ ਲੈ ਕੇ ਜਵਾਨ ਬੱਚੇ ਬੱਚੀ, ਅਤੇ ਚਾਹੇ ਉਹ ਬਜ਼ੁਰਗ 95-100 ਸਾਲ ਦਾ ਹੋ ਜੇ, ਉਹਦੀ ਵੋਟ ਦਾ ਅਧਿਕਾਰ ਹੋ ਜਾਵੇ। ਤੇ ਇਸੇ ਰਾਹੀਂ ਅਸੀਂ ਆਪਣਾ ਰਾਜ ਭਾਗ ਬਦਲਦੇ ਹਾਂ। ਬਦਲਦੇ ਤਾਂ ਪਹਿਲਾਂ ਵੀ ਰਹੇ, ਉਦੋਂ 2 ਪਾਰਟੀਆਂ ਸੀ, ਇੱਕ ਆ ਜਾਂਦੀ ਸੀ ਤੇ ਦੂਜੀ ਜਾਂਦੀ ਰਹਿੰਦੀ ਸੀ। ਐਤਕੀ ਤੁਸੀਂ ਜਿਹੜਾ ਰਲ ਮਿਲ ਕੇ ਫਾਨਾ ਲਾਇਆ 3ਜੀ ਪਾਰਟੀ, ਹੁਣ ਉਹਨਾਂ ਨੂੰ ਸੁਰਤ ਆਈ ਹੈ। ਹੁਣ ਦੀਆਂ ਇਲੈਕਸ਼ਨਾਂ 'ਚ ਅਜੇ ਰਾਏ ਕਰਦੇ ਫਿਰਦੇ ਆ ਵੀ ਕਿਹਨੇ ਲੜਨੀ ਆਪਣੀ ਪਾਰਟੀ, ਜਿਹੜੇ ਸਾਨੂੰ ਕਹਿੰਦੇ ਸੀ ਨਾ ਦਿੱਲੀਓ ਚੱਲਦੀ ਹੈ ਪਾਰਟੀ, ਤੇ ਸਾਡੇ ਵਾਲੇ ਨੇ ਟਿਕਟਾਂ ਦੇ ਕੇ ਤੋਰ ਤੇ, ਤੇ ਤੁਸੀਂ ਤਾਂ ਘਰੇ ਟਿਕਟਾਂ ਦੇਣਾ ਸੀ। ਜੇ ਹਰਸਿਮਰਤ ਤੇ ਚਾਹ ਬਣਾਉਣ ਲੱਗ ਜਾਂਦੀ ਤੇ ਸੁਖਬੀਰ ਬਾਦਲ ਟਿਕਟ ਕੱਟ ਦਿੰਦਾ, ਕੋਈ ਬੜਾ ਸਮਾਂ ਤਾਂ ਨਹੀਂ ਲੱਗਣਾ ਸੀ। ਅਜੇ ਤਾਂ ਰਾਏ ਕਰਦੇ ਫਿਰਦੇ ਆ ਵੀ ਕਾਂਗਰਸ ਵਾਲੇ ਨਾਲ ਕਿਹੜੇ ਨਾਲ ਸਾਂਢ ਗਾਂਢ ਕਰਕੇ ਵੀ ਜਿਹੜਾ ਨੰਗ ਮਲੰਗ ਜਾ ਇਹਨੂੰ ਕਿਵੇਂ ਨਾ ਕਿਵੇਂ ਢਾਲ ਗਏ, ਜੇ ਤੁਸੀਂ ਮੇਰੇ ਨਾਲ ਸਤਿਕਾਰਯੋਗ ਭਰਾਓ ਇਹ ਢਾ ਨਹੀਂ ਸਕਦੇ। ਤੁਹਾਡੀ ਸ਼ਕਤੀ ਹੈ। ਤੇ ਮੈਂ ਇਹ ਵੀ ਕਹਿੰਦਾ ਕਿ ਜੇ ਲੰਬੀ ਦੇ ਲੋਕ ਜਿਹਨੂੰ ਬਾਬਾ ਬੋੜ ਕਿਹਾ ਜਾਂਦਾ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹਨੂੰ ਕਿਹਾ ਜਾਂਦਾ ਸੀ, ਤਾਂ ਯੂਨੀਵਰਸਿਟੀ ਹੈ ਪੋਲੀਟਿਕਸ ਦੀ, ਇਹ ਤਾਂ ਲੋਕਾਂ ਨੂੰ ਸਿਖਾਉਂਦਾ ਵੀ ਚੋਣਾਂ ਲੜਨੀ ਹੈ ਕਿਵੇਂ, ਕਿਸੇ ਦੇ ਮੋਢੇ ਤੇ ਹੱਥ ਰੱਖਦੇ ਤੇ MLA ਬਣ ਜਾਂਦਾ। ਇਹ ਤਾਂ ਉਹ ਤਨੰਤਰ ਵੈਦ ਹੈ, ਜੇ ਕੋਈ ਰਾਜਨੀਤੀ ਦਾ ਰੋਗ ਕਿਸੇ ਨੂੰ ਬਾਹਲਾ ਲੱਗ ਜਾਵੇ ਤੇ ਉਹਦਾ ਇਲਾਜ ਇਹ ਕਰ ਦਿੰਦਾ, ਤੇ ਸਾਰੇ ਫਾਰਮੂਲੇ ਫੇਲ ਕਰਤੇ ਲੋਕਾਂ ਨੇ ਸਤਿਕਾਰਯੋਗ ਬਣਾਉਣ। ਬਾਬੇ ਬੋੜ ਦੀਆਂ ਜੜ੍ਹਾਂ ਪੱਟ ਕੇ ਰੱਖਦੀਆਂ, ਤੇ ਨੱਲਈ ਸ਼ਾਹ ਕਹਿੰਦੀ ਵੀ ਖੁੱਡੀਆਂ ਵਾਲਾ ਤਾਂ ਮੈਂ ਮੁਕਾਬਲੇ 'ਚ ਨਹੀਂ ਸਮਝਦੇ, ਮੈਂ ਕਿਹਾ ਤੇਰਾ ਸਹੁਰਾ ਵੀ ਨਹੀਂ ਸਮਝਦਾ ਹੁੰਦਾ ਸੀ। ਉਹ ਉਹਨਾਂ ਦੇ ਵਿੱਚ 40,000 ਦੇ ਜਿੱਤੂ ਤੇ 11 ਵਾਰੀ MLA ਬਣਿਆ, ਕਿਸੇ ਨੇ ਰਾਹ ਨਹੀਂ ਰੋਕਿਆ ਸੀ, ਤੇ 12ਵੀਂ ਵਾਰ 11,500 ਵੋਟਾਂ ਦੇ ਫਰਕ ਨਾਲ ਲੰਬੀ ਦੇ ਲੋਕਾਂ ਨੇ ਉਹਨੂੰ ਹਰਾ ਦਿੱਤਾ। ਤੇ ਮੈਨੂੰ ਕਹਿੰਦੀ ਵੀ ਉਹਨੂੰ ਤਾਂ ਮੈਂ ਮੁਕਾਬਲੇ 'ਚ ਮੇਰੀ ਟੱਕਰ ਹੀ ਨਹੀਂ ਉਹਦੇ ਨਾਲ, ਟੱਕਰ ਦਾ ਜੇ ਕਿ ਅਸੀਂ ਭਾਲਦੇ ਫਿਰਦੇ ਰਾਏ ਕਰਦੇ ਵੀ ਟੱਕਰ ਕਿਵੇਂ ਕਰਾਂਗੇ। ਮੈਂ ਕਿਹਾ ਜੇ ਬਾਬੇ ਬੋੜ ਦੀਆਂ ਜੜ੍ਹਾਂ ਪੜ ਸਕਦੇ ਆ ਤੇ ਤੂੰ ਕਿਹਦੀ ਪਾਣੀ ਹਾਰਾ ਨੰਨੀ ਸ਼ਾਹ,
ਤੇਰੇ ਵਾਲਾ ਕੰਮ ਵੀ ਲੋਕ ਨਿਬੇੜ ਦੇਣਗੇ। ਸਤਿਕਾਰਯੋਗ ਭਰਾਓ, ਮੈਂ ਇਕੱਲਾ ਸਾਰੇ ਥਾਵਾਂ 'ਤੇ ਨਹੀਂ ਜਾ ਸਕਦਾ, ਤੁਸੀਂ ਪਾਰਟੀ ਦੇ ਵਰਕਰ ਆਗੂ ਮੇਰੇ ਨਾਲ ਹਮਦਰਦੀ ਰੱਖਣ ਵਾਲੇ ਭੈਣ ਭਰਾ ਘਰਾਂ ਵਿੱਚ ਜਾ ਕੇ 1 ਤਰੀਕ ਵਾਸਤੇ ਵੋਟਾਂ ਮੰਗ ਕੇ ਵੱਡਾ ਬਦਲਾਅ ਦੇ ਲਈ ਜਿਹਦੇ ਲਈ ਤੁਸੀਂ ਮਿਹਨਤ ਕਰ ਸਕਦੇ ਹੋ। ਹਾਂ, ਆਉਣ ਵਾਲਾ ਸਮਾਂ ਤੁਹਾਡੇ ਨਾਲ ਇਸ ਗੱਲ ਦੀ ਮੈਂ ਗਰੰਟੀ ਕਰ ਸਕਦਾ ਸਤਿਕਾਰਯੋਗ ਭਰਾਓ, 1 ਸਾਲ ਦੇ ਨੇੜੇ ਮੈਨੂੰ ਵਜ਼ੀਰ ਬਣੇ ਨੂੰ ਹੋ ਗਿਆ, 2 ਸਾਲ ਹੋ ਗਏ ਮੈਨੂੰ MLA ਬਣੇ ਨੂੰ। ਜਿਹੜੇ ਵਿਰੋਧੀ ਸੀ ਉਹ ਕਹਿੰਦੇ ਹੁੰਦੇ ਸੀ ਵੀ ਬਾਪੂ ਦਾ ਇਹਦਾ ਬਹੁਤ ਇਮਾਨਦਾਰ ਸੀ, ਇਹਦਾ ਕਦੋਂ ਕੀ ਪਤਾ, ਜਦੋਂ ਪਤਾ ਤਾਂ ਉਦੋਂ ਲੋਕ ਕਦੇ ਕੁਛ ਬਣਿਆ, ਇਹਨੂੰ ਬਣਨ ਹੀ ਨਹੀਂ ਦਿੰਦੇ ਪਹਿਲਾਂ ਤਾਂ ਕਹਿੰਦੇ ਸੀ। ਚਲੋ ਆਪਾਂ ਬਣ ਗਏ, ਉਹ ਸਮਾਂ ਵੀ ਵਿਖਾਤਾ, ਮੈਂ ਮੰਤਰੀ ਬਣ ਕੇ ਵੀ ਇੱਥੇ ਤੁਰਿਆ ਆ, 1 ਰੁਪਈਏ ਦਾ ਇਲਜ਼ਾਮ ਸਤਿਕਾਰਯੋਗ ਭਰਾਓ ਵਿਰੋਧੀ ਲਾ ਨਹੀਂ ਸੀ, ਸਾਬਤ ਕਰਨਾ ਤਾਂ ਪਰੇ ਰਹਿ ਗਿਆ। ਸੋ ਮੈਂ ਤੁਹਾਨੂੰ ਬੇਨਤੀ ਕਰਦਾ, ਚਾਹੇ ਪੰਜਾਬ ਦੇ ਲਈ ਮੈਂਬਰ ਪਾਰਲੀਮੈਂਟ ਦੀ ਕੀ ਜ਼ਿੰਮੇਵਾਰੀ ਹੈ, ਅਸੀਂ ਆਪਣੀ ਪੰਜਾਬ ਦੀ ਰਾਖੀ ਕਿਵੇਂ ਕਰੀਏ, ਔਰ ਇਸ ਤੋਂ ਇਲਾਵਾ ਜਿਹੜੀ ਸੁੱਖ ਸਹੂਲਤ ਆਪਣੇ ਹਲਕੇ ਲਈ ਲਿਆ ਕੇ ਦੇਣੀ, ਜਿਹੜੀ ਗ੍ਰਾਂਟ ਆ ਉਹ ਸਹੀ ਥਾਂ ਵੰਡਣੀ। ਆਹ ਇੱਕ ਟਰਮ 'ਚ ਮਿਲਦਾ ਅਤੇ 3 ਟਰਮਾਂ ਹਰਸਿਮਰਤ ਕਰ ਗਈ 75। ਪ੍ਰੀਤ ਕੁਮਾਰ ਪ੍ਰੀਤਾ ਜੀ, ਸੰਸਾਰ ਸਿੰਘ ਜੀ ਬਲਾਕ ਪ੍ਰਧਾਨ ਆ, ਬੋਲੇ ਸੋਨਿਹਾ। ਇਸ ਤੋਂ ਬਾਅਦ ਆ ਸਾਡੇ ਬਹੁਤ ਹੀ ਸਤਿਕਾਰਯੋਗ MLA ਪ੍ਰਿੰਸੀਪਲ ਬੁੱਧ ਰਾਮ ਜੀ, ਸਾਡੇ ਮੁੱਖ ਮਹਿਮਾਨ ਅੱਜ ਦੇ ਮਹਿਮਾਨ ਵਰਿੰਦਰ ਗੋਇਲ ਜੀ, MLA ਹਲਕਾ ਲਹਿਰਾ ਕਾਕਾ, ਬੋਲੇ ਸੋਨਿਹਾ। MLA ਪ੍ਰਿੰਸੀਪਲ ਬੁੱਧ ਰਾਮ ਜੀ, ਬੋਲੇ ਸੋਨਿਹਾ। ਬਹੁਤ ਬਹੁਤ ਧੰਨਵਾਦ ਜੀ ਸਾਡੇ ਅੱਜ ਦੇ ਮੁੱਖ ਮਹਿਮਾਨਾਂ ਦਾ, ਸਾਰੀ ਬਰੇਟਾ ਟੀਮ ਦਾ। ਹੁਣ ਮੈਂ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਮੀਤ ਸਿੰਘ ਜੀ। ਬਹਾਦਰਪੁਰ ਪਿੰਡ ਦੇ ਇਕੱਲੇ 27 ਮੁੰਡੇ ਇੱਕ ਪਿੰਡ ਦੇ ਵਿੱਚੋਂ ਸਿਲੈਕਟ ਹੋਏ, ਜਿਹੜਾ ਮੈਂ ਸ਼ਾਇਦ ਪਤਾ ਇਹਨਾਂ ਨੂੰ ਸੁੱਚੇ ਹੋਰਾਂ ਨੂੰ, ਸ਼ਾਇਦ ਹਰਜੀਤ ਉਹਨਾਂ ਨੂੰ, ਹੋਰ ਵੱਧ ਵੀ ਹੋਣ 27 ਮੁੰਡੇ। ਕੋਈ ਸਿਫਾਰਸ਼ ਨਹੀਂ, ਕੋਈ ਪੈਸਾ ਨਹੀਂ, ਫਿਰ ਅਸੀਂ ਜੀ ਤਬਦੀਲੀ ਨੂੰ ਆਪਾਂ ਤਬਦੀਲੀ ਨਹੀਂ ਕਹਾਂਗੇ ਕਿ ਬਦਲਾਅ ਨਹੀਂ ਕਹਾਂਗੇ। ਤੁਸੀਂ ਬੈਠੇ ਹੋ, ਤੁਹਾਨੂੰ 0 ਬਿੱਲ ਆਉਂਦਾ, ਅਗਰਵਾਲ ਫੈਮਿਲੀ ਦੇ ਵਿੱਚੋਂ, ਜਨਰਲ ਕੈਟਾਗਰੀ ਦੇ ਵਿੱਚੋਂ ਵੀ 0 ਬਿੱਲ ਪਹਿਲੇ ਵਾਰੀ ਆਇਆ, ਅਤੇ ਬਦਲਾਅ ਨਹੀਂ ਤਾਂ ਹੋਰ ਕੀ ਹੈ, ਹੋਰ ਕੀ ਚੀਜ਼ ਆ ਬਦਲਾਅ ਨੂੰ, ਹੋਰ ਕੀ ਬਦਲਾਅ ਕਹਿੰਦੇ ਨੇ। ਸਾਥੀਓ, ਸਕੂਲਾਂ ਦੇ ਵਿੱਚ, ਹੋਸਪਿਟਲਾਂ ਦੇ ਵਿੱਚ ਕੰਮ ਕਰ ਰਿਹਾ, ਬੋਹਾ ਨਹਿਰ ਬਣਾਈ ਆ ਤੁਹਾਡੇ ਲੈ ਕੇ, ਇੱਥੋਂ ਬੇਟਿਆਂ ਤੋਂ ਨਹਿਰ ਬੋਹਾ ਜਾਂਦੀ ਹੈ, ਬੋਹਾ ਦੀ ਗਾਂ ਸਾਡੇ ਜ਼ਿਲ੍ਹਾ ਪ੍ਰਧਾਨ ਬੈਠੇ ਨੇ ਪਿੰਡ ਟੇਲਾਂ ਦੇ ਪੈਂਦਾ, ਟਿੱਪ ਪਾਣੀ ਦਾ ਨਹੀਂ ਮਿਲਿਆ ਸੀ, 22 ਕਰੋੜ ਦੀ ਲਾੜਕਾ ਨਹਿਰ ਬਣੀ ਹੈ, ਉਹ ਨਹਿਰ ਟੇਲਾਂ ਦੇ ਪਾਣੀ ਗਿਆ, ਟੇਲਾਂ ਦੇ ਸਾਰਾ ਪਾਣੀ ਗਿਆ। ਪਿੱਛੇ ਜੇ ਮੈਨੂੰ ਫੋਨ ਆ ਗਿਆ, ਮਿਲਣ ਆ ਗਿਆ, ਮਿਲਣ ਆਉਣਾ ਵਾ ਕੀ ਗੱਲ, ਇਹਦੇ ਪਾਣੀ ਜੀ ਪਾਣੀ ਬਾਈ ਜੀ ਪਾਣੀ ਬੰਦ ਕਰੋ, ਸਾਰੇ ਲੋਕ ਤਾਂ ਨੱਕਾ ਫੜ ਲੈਂਦੇ ਨੇ ਕਿ ਸਾਡੇ ਵੱਲ ਸਾਡੇ ਟੇਲਾਂ ਦੇ ਪਾਣੀ ਪਹੁੰਚਦਾ, ਮਾਹੌਲ ਕਿਦਾਂ ਦੱਬੀ ਗਏ, ਬਸ ਆਹੀ ਦਿਖਾਉਣਾ ਸੀ ਵੀ ਮਾਨ ਸਾਹਿਬ ਨੂੰ ਸਰਕਾਰ ਨੇ ਟੇਲਾਂ ਵਾਲੇ ਦੇ ਹੱਥ ਖੜੇ ਕਰਦੇ ਕਿ ਪਾਣੀ ਬੰਦ ਕਰੋ। ਇਹਦਾ ਕੀ 24 ਘੰਟੇ ਬਿਜਲੀ ਮਿਲਦੀ ਹੈ ਮੋਟਰਾਂ ਨੂੰ, ਜਾ ਕੇ ਕੋਈ ਲੋੜ ਨਹੀਂ, ਲੁੱਕ ਦਿੰਦੇ ਨੇ ਪਾਣੀ ਦਾ ਕੇ ਸੈੱਟ ਹੋ ਜਾਂਦੇ ਨੇ, ਘਰੇਲੂ ਬਿਜਲੀ ਮਿਲਦੀ ਹੈ। ਮੇਰੇ 5 ਸਾਲ 'ਚ MP ਨਹੀਂ ਜਿੱਤਿਆ ਸੀਗਾ,
ਬੱਸਾਂ ਦੀਆਂ ਪਾਰਟੀਆਂ ਦੇ ਵਿੱਚੋਂ 800 ਕਰੋੜ ਖਾਣ ਵਾਲਾ ਬੰਦਾ ਅੱਜ ਉਹਦਾ ਧਰਮ ਕਹਿੰਦੇ ਪਤਨੀ ਹੈ, ਉਹ ਕਹਿੰਦੇ ਇਲੈਕਸ਼ਨ ਲੜਨੀ ਹੈ। ਦੂਜੇ ਪਾਸੇ ਦਰਵੇਸ਼ ਸਿਆਸਤ ਨਾਲ ਜਾਣਿਆ ਜਾਂਦਾ ਜਗਦੇਵ ਸਿੰਘ ਖੁੱਡੀਆਂ, ਇਹਨਾਂ ਦੇ ਪਿਤਾ ਜੀ ਬੜੇ ਸਤਿਕਾਰਯੋਗ ਅਸੀਂ ਕਹਿੰਦੇ ਹਾਂ ਸਵਰਗਵਾਸੀ ਸਰਦਾਰ ਜਗਦੇਵ ਸਿੰਘ ਖੁੱਡੀਆਂ, ਜਿਨ੍ਹਾਂ ਦੇ ਭੋਗ ਜਦੋਂ ਹੋਇਆ ਸੀ ਤਾਂ 1 ਲੱਖ ਦਾ ਇਕੱਠ ਸੀ ਜੀ, 1 ਲੱਖ ਦਾ ਇਕੱਠ। ਲੋਕਾਂ ਦੀ ਹਰਮਨ ਪਿਆਰ ਤਾਂ ਇੰਨੀ ਸੀ ਕਿ ਉੱਥੇ ਬੜੇ ਬੜੇ ਪੱਤਰਕਾਰਾਂ ਨੇ, ਬੜੇ ਬੜੇ ਸੰਤ ਮਹਾਤਮਾ ਨੇ, ਬੜੇ ਬੜੇ ਧਾਰਮਿਕ ਸ਼ਖਸੀਅਤਾਂ ਨੇ, ਰਾਜਨੀਤਿਕ ਸ਼ਖਸੀਅਤਾਂ ਨੇ, ਉਹਦਾ ਨਾਮ ਉਹਦਾ ਅੱਲ ਰੱਖਤੀ ਦਰਵੇਸ਼ ਸਿਆਸਤਦਾਨ। ਅੱਜ ਉਹਦਾ ਲੜਕਾ ਗੁਰਮੀਤ ਸਿੰਘ ਖੁੱਡੀਆਂ ਆਪਣੇ ਸਾਹਮਣੇ ਅੱਜ ਜਿਹਨੇ ਮੰਤਰੀ ਬਣਿਆ, ਜਿਹਨੇ ਵੱਡਾ ਵਾਅਦਾ ਹਰਾਇਆ, ਸਾਡਾ ਮੰਤਰੀ ਹੈ ਇਸੇ ਖੇਤੀਬਾੜੀ ਮੰਤਰੀ, ਅਤੇ ਅੱਜ ਉਹ ਸਾਡੇ ਵਿੱਚ ਬੈਠਾ ਹੈ, ਅੱਜ ਸਾਡੇ ਵਿੱਚ ਵਿਰਾਜਮਾਨ ਹੈ। ਅਸੀਂ ਉਹਨਾਂ ਵਾਸਤੇ ਵੋਟ ਮੰਗਣ ਵਾਸਤੇ ਤੁਹਾਨੂੰ ਬੇਨਤੀ ਕਰਦੇ ਹਾਂ ਸਾਰਿਆਂ ਨੂੰ। ਮੈਂ ਤੁਹਾਡੇ ਤੁਸੀਂ ਮੰਗਾਂ ਨਾ ਮੰਗਾਂਗੇ, ਆਪਾਂ ਤੁਹਾਨੂੰ ਕਹਿੰਦੇ ਆਪਾਂ ਸਾਰੇ ਅੱਗੇ ਵੋਟਾਂ ਮੰਗਣ ਵਾਸਤੇ ਤੁਸੀਂ ਸਾਰੇ ਵਰਕ ਕਰੋ, ਅਸੀਂ ਬੇਨਤੀ ਕਰ ਰਹੇ ਸਾਰੇ ਲੋਕਾਂ ਨੂੰ ਕਿ ਵੱਧ ਵੱਧ ਇਹਨੂੰ ਵੋਟ ਪਾਓ। 73 ਕਿਹਾ ਜਾਂਦਾ ਸੀ ਆਪਣੇ ਆਪ ਨੂੰ, ਬਾਬਾ ਪੋਹੜ ਕਿਹਾ ਜਾਂਦਾ ਸੀ ਆਪਣੇ ਆਪ ਨੂੰ, ਬਾਦਲ ਵੱਡਾ ਬਾਦਲ ਸਾਥੀਓ, ਜੇ ਵੱਡਾ ਬਾਦਲ ਦੀਆਂ ਜੜ੍ਹਾਂ ਹਿਲਾ ਦੀਆਂ ਤਾਂ ਨਿਸ਼ਾਨ ਦੀ ਕੋਈ ਜ਼ਰੂਰਤ ਨਹੀਂ ਵੀ ਇਹਨਾਂ ਕੋਲ ਟਿਕੇ। ਇਸ ਕਰਕੇ ਕਿਉਂ, ਕਿਉਂਕਿ ਲੰਬੀ ਤੋਂ ਬਾਬਾ ਨੇ ਬਣਿਆ 12-13 ਹਜ਼ਾਰ ਦੀ ਵੋਟਾਂ ਦੇ ਨਾਲ ਫਰਕ ਨਾਲ ਹਰਾਇਆ। ਔਰ ਬਹੁਤ ਬਹੁਤ ਧੰਨਵਾਦ ਜੀ। ਮੈਂ ਬੇਨਤੀ ਕਰੂੰਗਾ, 2 ਪਿੰਡਾਂ ਦੇ ਨਾਂ ਰਹਿ ਗਏ ਸੀ, ਬੇਕਰ ਸਿੰਘ ਭਾਵਾ ਤੋਂ 15 ਸਾਥੀਆਂ ਸਮੇਤ ਪਹੁੰਚੇ ਹੈ, ਦਿਆਲਪੁਰੇ ਤੋਂ ਸਾਡੇ ਵੀਰ ਦੀਪ ਸਿੰਘ, ਅੰਗਰੇਜ਼ ਸਿੰਘ, ਸੱਤੂ ਸਿੰਘ, ਪਿੰਡਾਂ ਤੋਂ ਕੈਂਡੀਡੇਟ ਗੁਰਮੀਤ ਸਿੰਘ ਜੀ ਖੁੱਡੀਆਂ, ਵੱਖ ਵੱਖ ਵਿਭਾਗਾਂ ਦੇ ਚੇਅਰਮੈਨ ਅਤੇ ਮੇਰੇ ਜੁਝਾਰੂ ਸਾਥੀ, ਪਹਿਲਾਂ ਫਤਿਹ ਦੀ ਸਾਂਝ ਪਾਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਇੱਥੇ ਪਹੁੰਚ ਕੇ, ਕਿਉਂਕਿ ਜਦੋਂ ਬੁਲਾਡੇ 'ਚ ਆਉਂਦੇ ਹਾਂ, ਕਿਉਂਕਿ ਮੈਂ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ, ਕਿਉਂਕਿ ਇੱਥੇ ਇਲੈਕਸ਼ਨ ਵੇਲੇ 1.5 ਮਹੀਨਾ ਤੁਹਾਡੇ ਨਾਲ ਮਿਲਦੇ ਰਹੇ ਹਾਂ, ਘਰਾਂ 'ਚ ਜਾ ਕੇ ਤੁਹਾਨੂੰ ਮਿਲਦੇ ਰਹੇ ਹਾਂ, ਅਤੇ ਪਛਾਣ ਆ ਜਦੋਂ ਬੁਲਾਡੇ ਦਾ ਆਇਆ ਹੁੰਦਾ ਵੀ ਬੁਲਾਡੇ ਦੇ ਪ੍ਰੋਗਰਾਮ ਦੇ, ਤਾਂ ਮਨ ਨੂੰ ਬੜੀ ਖੁਸ਼ੀ ਜੀ ਹੁੰਦੀ ਹੈ ਵੀ ਆਪਾਂ ਅੱਜ ਜਿਹੜਾ ਜਿੱਥੇ ਆਪਾਂ ਕੰਮ ਕੀਤਾ ਹੋਵੇ ਉੱਥੇ ਆਪਣਾ ਪੰਜਾ ਹੁੰਦਾ, ਅਤੇ ਬੜਾ ਫਖਰ ਮਹਿਸੂਸ ਹੁੰਦਾ ਜਦੋਂ ਤੁਸੀਂ ਮਾਨਸਾ ਆ ਕੇ ਵੀ ਮਿਲਦੇ ਹੋ ਅਤੇ ਇੱਥੇ ਵੀ ਮਿਲਦੇ ਹੋ। ਅਤੇ ਬਾਕੀ ਜਿਹੜੇ ਕੰਮ ਨੇ ਸਰਕਾਰ ਦੇ 2 ਸਾਲਾਂ ਦੇ ਕੰਮ ਨੇ, ਉਹ ਤੁਸੀਂ ਸਾਰੇ ਭਲੀ ਭਾਂਤ ਜਾਣਦੇ ਹੋ ਵੀ ਜੇ ਨਹਿਰਾਂ ਦੀ ਗੱਲ ਕਰ ਲਈਏ, ਮੋਟਰਾਂ ਵਾਲੀ ਬਿਜਲੀ ਦੀ ਗੱਲ ਕਰ ਲਈਏ, ਜਾਂ ਜਿਹੜਾ ਬਿਜਲੀ ਦਾ 24 ਘੰਟੇ ਆਪਣੀ ਘਰ ਵਾਲੀ ਬਿਜਲੀ ਆ ਉਹਦੇ ਬਿੱਲਾਂ ਦੀ ਗੱਲ ਕਰ ਲਈਏ, ਜਾਂ ਪਿੰਡਾਂ ਦੇ ਹੋਰ ਡਿਵੈਲਪਮੈਂਟ, ਜਾਂ ਸ਼ਹਿਰ ਜਿਵੇਂ ਬਰੇਟਾ, ਬੁਲਾਡਾ, ਬੋਹਾ, ਜਿੰਨੀ ਡਿਵੈਲਪਮੈਂਟ ਇਹਨਾਂ 3 ਸ਼ਹਿਰਾਂ ਦੀ ਹੋਈ ਹੈ, ਮੈਨੂੰ ਨਹੀਂ ਲੱਗਦਾ ਵੀ ਮੈਂ ਕਿਤੇ ਪੰਜਾਬ ਦੇ ਹੋਰ ਕਿਸੇ ਸ਼ਹਿਰ 'ਚ ਹੋਈ ਹੋਊਗੀ। ਕਿਉਂਕਿ ਜਿਹੜੇ ਆਪਾਂ ਪਹਿਲਾਂ ਆਪਣੇ MLA ਚੁਣ ਕੇ ਭੇਜੇ ਨੇ, ਬੜੇ ਮਿਹਨਤੀ ਅਤੇ ਇਮਾਨਦਾਰ ਨੇ, ਕਿਉਂਕਿ ਇਹਨਾਂ ਜੇ ਕਿਤੇ ਵਿਕਾਸ ਕਰਵਾਉਣਾ ਹੋਵੇ ਤਾਂ 2 ਚੀਜ਼ਾਂ ਜ਼ਰੂਰੀ ਨੇ ਬੰਦੇ ਵਾਸਤੇ, ਉਹ ਨੇ ਇੱਕ ਤਾਂ ਮਿਹਨਤੀ ਹੋਣਾ, ਇੱਕ ਇਮਾਨਦਾਰ ਹੋਣਾ। ਉਹ ਦੋਨੇ ਗੱਲਾਂ ਜਿਹੜੇ ਬੁਲਾਡੇ ਨੇ ਆਪਣੇ MLA ਨੇ ਉਹਨਾਂ ਦੇ ਵਿੱਚ ਨੇ। ਇੱਕ ਆਪਾਂ ਹੁਣ ਜਿਹੜੀ ਅੱਜ ਗੱਲ ਕਰਨੀ ਹੈ, ਆਪਾਂ ਨੂੰ ਜਿਹੜੇ ਕੈਂਡੀਡੇਟ ਮਿਲੇ ਨੇ ਬਠਿੰਡੇ ਤੋਂ, ਸ਼੍ਰੀ ਗੁਰਮੀਤ ਸਿੰਘ ਖੁੱਡੀਆਂ, ਮੇਰਾ ਖਿਆਲ ਉਹਨਾਂ ਦੇ ਸੁਭਾਅ ਤੋਂ, ਉਹਨਾਂ ਦੇ ਫਾਦਰ ਸਾਹਿਬ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਵੀ ਇੱਕ ਨਿੱਕੇ ਸੁਭਾਅ ਦੇ, ਤੁਸੀਂ ਕਦੋਂ ਵੀ ਮਿਲੋਗੇ ਇੰਨੇ ਮਿਲਣਸਾਰ ਕਿ ਤੁਹਾਨੂੰ ਐਂ ਲੱਗੂਗਾ ਵੀ ਆਪਾਂ ਜਿਵੇਂ ਚਿਰਾਂ ਤੋਂ ਜਾਣਦੇ ਹੋਈਏ। ਇਸ ਕਰਕੇ ਇੰਨੇ ਵਧੀਆ ਨਿੱਕੇ ਸੁਭਾਅ ਦੇ ਆਪਾਂ ਨੂੰ ਕੈਂਡੀਡੇਟ ਮਿਲੇ ਨੇ, ਇੱਕ ਸਲੀਕੀ ਵਾਲੇ ਕੈਂਡੀਡੇਟ।
ਕਿਉਂਕਿ ਉਹ ਤੁਸੀਂ ਦੇਖਿਆ ਹੋਊਗਾ ਪਿਛਲੇ 2022 ਦੀ ਇਲੈਕਸ਼ਨ 'ਚ ਉਹਨਾਂ ਨੂੰ ਲੰਬੀ ਤੋਂ ਲੜਾਇਆ ਗਿਆ ਸੀਗਾ। ਪੰਜਾਬ ਦੇ ਜਿਹੜੇ 5 ਵਾਰ ਦੇ ਮੁੱਖ ਮੰਤਰੀ ਸੀਗੇ, ਰਾਜਨੀਤੀ ਦੇ ਪਿਤਾ ਕਿਹਾ ਜਾਂਦਾ ਸੀ ਇਹਨਾਂ ਨੂੰ, ਰਾਜਨੀਤੀ ਪੰਜਾਬ ਦੇ, ਉਹਨਾਂ ਨੂੰ ਹਰਾ ਕੇ ਵਿਧਾਨ ਸਭਾ 'ਚ ਪਹੁੰਚੇ।